हाँ जी वाहिगुरु जी का खालसा वाहिगुरु जी की फतेह। अज पिंड जिया सोता तो एक कॉल आई वे वीर जी भी साढ़े पिंड एक मास्टर जी आ ते उना दी हालात सेहत जिहड़ी ठीक नहीं है जो असी ज़्यादा डंगाई दे विच गए तो पता किया तो यह मास्टर जी मैनू पढ़ाउंदे रहे तो गुरिंदर जी सिंह इन्हां दा नाम सी ते असी इन्हां तो सैंस पढ़ी आ ते बड़ा मन खराब होया भावुक भी होया भी इन्हां कोल सब कुछ हुंदे हुए भी इन्हां ने अपनी जिंदगी इदां ही कट्टी आ कोई दिमागी तौर पर इन्हां ने बहमी पै गए सी ब्याह नहीं होया इन्हां दा जमीन जायदाद सब कुछ इन्हां कोल आ सरपंच साहब गल कर रहे आ दस रहे आ पिंड दे वसनीक भी सारा पिंड इकट्ठा होया सी सारे पिंड ने सानू बुलाया सी जिहड़ा पिछे घर की झलकी देखी वह घर आ दो मंजिली कोठी पई सी 1950 दे विच बहुत वड्डी कोठी इन्हां ने पाई सी हुण जिहड़े हालात बहुत ज़्यादा बिगड़ चुके आ क्योंकि इन्हां नूं ब्लड कैंसर हो चुका आ लास्ट स्टेज पर ब्लड कैंसर हो चुका सारे शरीर च फैल चुका आ जलंधर तो जवाब दे दिता गया हुण डीएमसी लुधियाणे सारी वीडियो देखी ठीक हां फिर ठीक हां ढिले हो गए चलिए दवाई लैन चलते हैं ठीक है भाई करवा गया अपने घर जी जो मैं उठ चल जाऊंगा मुझे चाबियों का पूछा फिर साफ करवा देने कोई नहीं कहते चाबियों में है नहीं वो जल्दी जल्दी जलंधर किना कड्डे चाबियां बंद कर दिए मैं शामी गया तकरीबन 7:30 का टाइम आना इन्ना भोलू दे कापिया ने बैठे मार्टे मैं तीन रुपये बड़ा मन खराब रिश्तेदार निकल आने आंध गुआंढ तो सारे 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 हूं कोई नहीं इस टाइम साडे कोल पहला उत्थे रहिंदा हुंदा सी घरे की बनाया अंदर जाके देखोगे इन्ना वड्डा मखील दा छत्ता नहीं हुंदा जिन्ना घोड़ियां छत्ते हुंदे ने बथेरा किसी दा साफ सफाई करा ला इह नवें मकान पाए हुआ ढाई लख रुखी आ फिर
ਜ਼ਮੀਨ 7-8 ਕਿੱਲੇ ਜ਼ਮੀਨ ਆ ਇਕੱਠਾ ਟਾਕਾ ਜ਼ਮੀਨ ਦਾ ਪਰ ਮਤਲਬ ਸਾਰਾ ਕੁਝ ਹੁੰਦੇ ਹੋਏ ਵੀ ਮਾਸਟਰ ਸੀ ਪੜਦੇ ਰਹੇ ਆ ਮੈਂ ਗੱਲ ਪੁੱਛੇ ਮੈਂ ਪੈਨਸ਼ਨ ਕਿੰਨੇ ਮਾਟੀ ਪੈਨਸ਼ਨ ਕਿੰਨੇ ਦਾ 17,000 ਮੈਂ ਲੱਗ ਗਈ ਇਹਨੇ ਹਜੇ ਕਾਲੀ ਨੇ ਡਾਕਾ ਨੇ ਜਾਣ ਪਤਾ ਕਰਕੇ ਪੜਾਉਂਦੇ ਰਹੇ ਘਰ ਦੇ ਵਿੱਚ ਕੁਝ ਨਾ 3-4 ਕਿਸ਼ਤਾਂ ਮੇਰੇ ਹੁੰਦੇ ਮੈਂ ਦੇਖ ਲਏ ਮੈਂ ਆਦਮੀ ਸੀ ਹਾਂਜੀ ਮੈਂ ਉੱਥੋਂ ਟਾਈਮ ਵੱਟ ਦੀ ਟਾਈਮ ਹੋ ਗਿਆ 12 ਵੱਜ ਗਏ ਅੱਛਾ ਆਓ ਚਲੀਏ ਖੱਤ ਨਹੀਂ ਜਾਣਾ ਖੱਤ ਨਹੀਂ ਮੈਂ ਆ ਜਾ ਕਹਿੰਦਾ ਆ ਜਾ ਦੁਕਾਨ ਤੇ ਹਾਂਜੀ ਦੁਕਾਨ ਤੇ ਆ ਜਾ ਲਿਓ ਆ ਜਾ ਮਾਟਰ ਦੀ ਆ ਜਾ ਜਿਗਰਾ ਕਰੋ ਆਜੋ ਉੱਠੋ ਆਜੋ ਮੈਂ ਖਾਦਾ ਇੱਕ ਮਿੰਟ ਬਸ ਮੇਰੀ ਹਾਂਜੀ ਇੱਕ ਮਿੰਟ ਰੋਟੀ ਜਿਹੜੀ ਪਰਸੋਂ ਦੀ ਖਾਦੀ ਹਾਂ ਪਰਸੋਂ ਇੱਕ ਹੋਰ ਖਾਦਾ ਬਸ ਉਸ ਤੋਂ ਬਾਅਦ ਕੱਲ ਦਾ ਕੁਝ ਨਹੀਂ ਖਾਦੇ ਅੱਜ ਕੁਝ ਨਹੀਂ ਖਾਦਾ ਬ੍ਰੈਡ ਬ੍ਰੈਡ ਵੀ ਉਹ ਨਾ ਵੀ ਖਾਦੇ ਇਹ ਤਾਂ ਦੋ ਗੁਰਗੀਆਂ ਜੀ ਚਾਹ ਪਈ ਚਾਹ ਖਾਦੀ ਚਾਹ ਵੀ ਨਹੀਂ ਪੀਤੀ ਉਹਨੇ ਓਹੋ ਆ ਗਿਆ ਉੱਠਦਾ ਇੱਕ ਮਿੰਟ ਬਸ ਇੱਕ ਮਿੰਟ ਹੋ ਜਾਣਾ ਆ ਜਾ ਜੁੱਤੀ ਪਾ ਲਓ ਪਾ ਲਓ ਪਾ ਲਓ ਮਾਟੇ ਪਾ ਲਓ ਕੱਪੜੇ ਨਾਲ ਦੇਖੋ ਕੀ ਬਣੀ ਵਾਹਿਗੁਰੂ 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 ਜਿਹੜਾ ਘਰ ਆ ਇਹ ਹੈਗਾ ਤੁਹਾਡਾ ਨਾਮ ਕੀ ਕੇਰ ਸਿੰਘ ਹੁਣਾਂ ਦਾ ਸ਼ਰਨਜੀਤ ਹੈਗਾ ਸਾਡਾ ਬੀਵੀ ਆ ਉਹਦੇ ਫਾਦਰ ਸਾਹਿਬ ਇਹ ਉਹਨਾਂ ਨੇ ਆਪਣੇ ਘਰ ਦੇ ਵਿੱਚ ਰੱਖਿਆ ਮਾਟਰ ਜੀ ਨੂੰ ਪਰ ਜਿਹੜੇ ਘਰ ਦੇ ਹਾਲਾਤ ਆ ਬਹੁਤ ਮਾੜੇ ਆ ਨਾ ਜੀ ਬਹੁਤ ਮੰਦੀ ਹਾਲਤ ਤੁਹਾਨੂੰ ਘਰ ਦੇ ਵਿੱਚ ਖੜਦੇ ਇੰਨਾ ਕੁਛ ਹੁੰਦੇ ਹੋਏ ਵੀ ਇੰਨੀ ਗੁਰੂ ਸਾਹਿਬ ਦੀ ਕਿਰਪਾ ਸੀ ਜ਼ਮੀਨ ਜਾਇਦਾਦ ਮਾਸਟਰ ਪੜ੍ਹਾਉਂਦੇ ਸੀ ਅਸੀਂ ਪੜ੍ਹਦੇ ਰਹੇ ਹੋਏ ਇਹਨਾਂ ਤੋਂ ਖੁਦ ਸਟੂਡੈਂਟ ਜਦੋਂ ਅੱਜ ਫੋਨ ਆਇਆ ਮਨ ਬੜਾ ਖਰਾਬ ਹੋਇਆ ਵੀ ਅਸੀਂ ਇਹਨਾਂ ਤੋਂ ਕਿਸੇ ਟਾਈਮ ਪੜ੍ਹਦੇ ਰਹੇ ਅੱਜ ਆਹ ਹਾਲਾਤ ਹੋ ਜਾਣ ਕਿਉਂਕਿ ਹੁੰਦੇ ਹੋਏ ਵੀ ਹੁਕਮ ਨਹੀਂ ਖਰਚਣ ਦਾ ਜਾਂ ਕੋਈ ਕਰਨ ਦਾ ਹੁਕਮ ਨਹੀਂ ਆ ਜਾਓ ਮਾਟੀ ਆ ਜਾਓ ਪਾਣੀ ਪੀਣਾ ਪਾਣੀ ਪੀਓ ਪੀ ਲਓ ਪਾਣੀ ਮਾਟੀ ਜੀ ਪੀ ਲਓ ਵਾਹਿਗੁਰੂ ਵਾਹਿਗੁਰੂ ਆਪਣਾ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਮੁੰਡੇ ਨੂੰ ਨਾਲ ਚਲੋ
ਹਾਂਜੀ ਸੰਗਤ ਜੀ ਆਹ ਘਰ ਆ ਇਹ ਮਾਸਟਰ ਜੀ ਦਾ ਦੇਖੋ ਘਰ ਕਿੰਨਾ ਆਲੀਸ਼ਾਨ ਘਰ ਬਣਿਆ ਸੀ ਇਹ ਕਿਹੜਾ ਸਰਪੰਚ ਸਾਹਿਬ ਕਿੰਨਾ ਕੁ ਟਾਈਮ ਹੋਇਆ ਹੋਊਗਾ ਜਦੋਂ ਬਣਿਆ ਹੋਊਗਾ ਘਰ ਸੰਤਾਲੀ ਤੋਂ ਪਹਿਲਾਂ ਦਾ ਇੰਨਾ ਆਲੀਸ਼ਾਨ ਘਰ ਕਿੰਨਾ ਸੋਹਣਾ ਬਣਿਆ ਆ ਜਦੋਂ ਇਹ ਬਣਿਆ ਹੋਊਗਾ ਨਾ ਦੁਨੀਆ ਲੋਕ ਦੇਖਣ ਆਉਂਦੀ ਸੀ ਹੁਣ ਵੀ ਆਉਂਦੇ ਆ ਹਾਂਜੀ ਕੇਹਰ ਸਿੰਘ ਹੁਣੀ ਦੱਸਦੇ ਵੀ ਦੇਖਣ ਆਉਂਦੇ ਸੀ ਇਹਨੂੰ ਘਰ ਨੂੰ ਇੰਨਾ ਸੋਹਣਾ ਘਰ ਬਣਿਆ ਪਰ ਰਹਿਣ ਦਾ ਹੁਕਮ ਨਹੀਂ ਸਰਪੰਚ ਸਾਹਿਬ ਦੱਸ ਦੇ ਕਰੋੜ ਰੁਪਈਆ ਜਮਾ ਸਰਪੰਚ ਕਰੋੜ ਰੁਪਈਆ ਜਮਾ ਹਾਂਜੀ ਇੰਨਾ ਕੁਛ ਹੁੰਦੇ ਹੋਏ ਵੀ ਕਰੋੜ ਰੁਪਈਆ ਜਮਾ ਅਕਾਊਂਟ ਦੇ ਵਿੱਚ ਹੁੰਦੇ ਹੋਏ ਵੀ ਖਰਚਣ ਦੀ ਹਿੰਮਤ ਨੀ ਕੋਈ ਗੁਰੂ ਸਾਹਿਬ ਨੇ ਪਤਾ ਨੀ ਕੀ ਮਨਜ਼ੂਰ ਆ ਪਰਮਾਤਮਾ ਨੂੰ ਬਈ 7 ਕਿੱਲੇ ਜ਼ਮੀਨ ਦੱਸ ਦੇ ਨਾਲ ਹੀ 7 ਕਿੱਲੇ ਗੜ ਦੁਕਾਨਾਂ ਪੈਨਸ਼ਨ ਆਉਂਦੀ ਕਦੀ ਕਢਾਈ ਨੀ ਤਨਖਾਹ ਨੀ ਕਦੀ ਕਢਾਈ ਸਾਈਕਲ ਤੇ ਰਹੇ ਸਾਰੀ ਜ਼ਿੰਦਗੀ ਅਸੀਂ ਦੇਖਦੇ ਰਹੇ ਸਾਈਕਲ ਤੇ ਰਹੇ ਸਾਰੀ ਜ਼ਿੰਦਗੀ ਤੇ ਇੰਨੇ ਮਾੜੇ ਹਾਲਾਤ ਹੁਣ ਤੁਸੀਂ ਸੰਗਤ ਜੀ ਸਟੇਜ ਤੇ ਪਾ ਕੇ ਲੈ ਕੇ ਆਏ ਇੰਨੇ ਮਾੜੇ ਹਾਲਾਤ ਹੋ ਚੁੱਕੇ ਆ ਮੈਂ ਦੱਸ ਨਹੀਂ ਸਕਦਾ ਜੇ ਹੁਣ ਕੁਝ ਵੀ ਟਾਈਮ ਹੋ ਜਾਂਦਾ ਸ਼ਾਇਦ ਰੱਬ ਨਾ ਕਰੇ ਕੋਈ ਹਾਂਜੀ ਨਵੇਂ ਸ਼ਹਿਰ 5 ਕਿੱਲੇ ਆ ਮੇਨ ਓਹੋ ਨਵੇਂ ਸ਼ਹਿਰ ਵੀ ਜ਼ਮੀਨ ਨਾਨਕੀ ਢੇਰੀ ਨਾਨਕੀ ਢੇਰੀ ਆ ਜੀ ਨਾਨਕੀ ਢੇਰੀ 5 ਕਿੱਲੇ ਨਵੇਂ ਸ਼ਹਿਰ ਦੇ ਵਿੱਚ ਜ਼ਮੀਨ ਵਾਹਿਗੁਰੂ ਇੰਨਾ ਕੁਛ ਬੜਾ ਵੱਡਾ ਬੜਾ ਕੁੱਟ ਦੇ ਗਿਆ ਸੀ ਇਹ ਜਿੱਤ ਤੇ ਵੇਚ ਤਾ ਹੋਣੀ ਸ਼ਾਇਦ ਨਾ ਹੋਵੇ ਨਹੀਂ ਹੋਇਆ ਜੇ ਭਾਈ ਇਹ ਜੰਗਲ ਹੀ ਵੜਾਏ ਨਾ ਤੇ ਫੋਰਚੂਨਰ 2 ਖੜੀਆਂ ਕਰ ਲੈ ਉਹ ਤੁਸੀਂ ਦੇਖੋ ਉਧਰਨ ਦੀ ਰਸਤਾ ਹੈਗਾ ਜੇ ਤੁਹਾਨੂੰ ਦਿਖਾਵਾਂ ਛਪੇਦੇ ਹੋਏ ਇੰਨਾ ਛਪੇਦਾ ਬੂਟਾ ਤੂਤ ਨਹੀਂ ਨਹੀਂ ਕੋਈ ਨਹੀਂ ਲਾਲ ਹੀ ਭਾਈ ਨਹੀਂ ਆਪਾਂ ਹੁਣ ਇਦਾਂ ਇਹਨੂੰ ਪਹਿਲਾਂ ਐਡਮਿਟ ਕਰਾਈਏ ਜੀ ਮੁੰਡੇ ਹੈਗੇ ਤੁਸੀਂ ਨਾਲ ਹੀ ਭਲਾ ਇਹਦੇ ਵਿੱਚ ਆ ਜਾਓ ਜਦੋਂ ਅੰਦਰ ਆਈ ਸੀ ਲੈ ਜਾਣਾ ਵੀ ਤਾਂ ਲੋੜ ਨਹੀਂ ਰਹਿੰਦਾ